ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਇਸ ਵੀਡੀਓ ਵਿੱਚ 2016 ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਐਗਜ਼ਾਮ ਹੋਏ ਨੇ ਪ੍ਰੀਵੀਅਸ ਐਗਜ਼ਾਮ ਹੋਏ ਨੇ ਉਹਨਾਂ ਰਿਲੇਟਡ ਕੁਐਸਚਨਸ ਇਨਕਲੂਡ ਕੀਤੇ ਹੋਏ ਨੇ ਇਹ ਵੀਡੀਓ ਤੁਸੀਂ ਕੰਪਲੀਟ ਦੇਖ ਲਓਗੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਐਗਜ਼ਾਮ ਵਿੱਚ ਕਿਸ ਲੈਵਲ ਦੇ ਕੁਐਸਚਨ ਪੁੱਛੇ ਜਾਂਦੇ ਨੇ ਹੁਣ ਇੱਕ ਰਿਕਵੈਸਟ ਹੈ ਵੀਡੀਓ ਨੂੰ ਸਿਰਫ ਦੇਖਿਆ ਨਾ ਕਰੋ ਨਾਲ ਦੀ ਨਾਲ ਕਾਪੀ ਤੇ ਟਾਈਡਾਊਨ ਜ਼ਰੂਰ ਕਰ ਲਿਆ ਕਰੋ ਐਂਡ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਲਿਆ ਕਰੋ ਤਾਂ ਹੁਣ ਕੁਐਸਚਨ ਨੰਬਰ 1 ਦੀ ਗੱਲ ਕਰੀਏ ਸਸਨ ਦੇ ਦੋਵੇਂ ਸਦਨਾਂ ਵਿੱਚ ਕਿਸੇ ਬਿੱਲ 'ਚ ਹੋਈ ਅਸਹਿਮਤੀ ਮਤਲਬ ਜੇ ਸਸਨ ਵਿੱਚ ਕਿਸੇ ਬਿੱਲ 'ਤੇ ਅਸਹਿਮਤੀ ਹੋ ਜਾਂਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਨੀਚੇ ਤੋਂ ਸਾਹਮਣੇ ਨੇ ਜੇ ਤੁਹਾਨੂੰ ਪਤਾ ਹੈ ਤਾਂ ਵੀਡੀਓ ਨੂੰ ਪਾਜ਼ ਕਰਕੇ ਕਮੈਂਟ ਜਰੂਰ ਕਰ ਦਿਓ ਤਾਂ ਕੁਐਸਚਨ ਨੰਬਰ 1 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਦੋਹਾਂ ਸਦਨਾਂ ਵਿੱਚ ਇੱਕ ਸਾਂਝੀ ਮੀਟਿੰਗ ਬੁਲਾਈ ਜਾਂਦੀ ਹੈ ਮਤਲਬ ਜੇ ਦੋਮਾ ਸਦਨਾਂ ਵਿੱਚ ਕਿਸੇ ਬਿੱਲ ਤੇ ਅਸਹਿਮਤੀ ਪ੍ਰਗਟ ਕਰਾਣੀ ਹੋਵੇ ਤਾਂ ਉਸ ਤੋਂ ਪਹਿਲਾਂ ਕੀ ਕਰਨਾ ਕਰਨਾ ਪੈਂਦਾ ਇਹਨਾਂ ਨੇ ਦੋਹਾਂ ਸਦਨਾਂ ਵਿੱਚ ਇੱਕ ਸਾਂਝੀ ਮੀਟਿੰਗ ਬੁਲਾਈ ਜਾਂਦੀ ਆ ਤਾਂ ਕੁਐਸਚਨ ਨੰਬਰ 1 ਦਾ ਰਾਈਟ ਆਨਸਰ ਜਿਹੜਾ ਆਪਸ਼ਨ ਨੰਬਰ 40 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਵਾਰ ਕੁਐਸਚਨ ਨੰਬਰ 2 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਬਿੱਲ ਭਾਰਤੀ ਸੰਸਦ ਦੇ ਦੋਵੇਂ ਸਦਨਾਂ ਵਿੱਚ ਵਿਸ਼ੇਸ਼ ਬਹੁਮਤ ਨਾਲ ਪਾਸ ਕੀਤਾ ਜਾਣਾ ਚਾਹੀਦਾ ਹੈ ਤਾਂ ਇਸ ਦਾ ਵੀ ਰਾਈਟ ਆਨਸਰ ਜਿਹੜਾ ਹੋਵੇਗਾ ਸੰਵਿਧਾਨਕ ਸੋਧਨ ਬਿੱਲ ਅਮੈਂਡਮੈਂਟ ਬਿੱਲ ਜਿਸ ਨੂੰ ਆਪਾਂ ਕਹਿ ਦਿੰਨੇ ਆ ਕਵੈਸਚਨ ਨੰਬਰ 2 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਕਵੈਸਚਨ ਨੰਬਰ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਕਵੈਸਚਨ ਨੰਬਰ 3 ਦੀ ਗੱਲ ਕਰੀਏ ਸੰਵਿਧਾਨ ਦੇ ਕਿਸ ਸ਼ੈਡਿਊਲ ਯਾਨੀ ਕਿਸ ਅਨੁਸੂਚੀ ਵਿੱਚ ਪੰਜਾਬੀ ਭਾਸ਼ਾ ਬਾਰੇ ਮੈਂਸ਼ਨ ਕੀਤਾ ਗਿਆ ਹੈ ਆਪਸ਼ਨ 4 ਆਪਸ਼ਨ ਇਹਨਾਂ ਵਿੱਚ ਪਹਿਲੀ ਅਨੁਸੂਚੀ ਚੌਥੀ ਅਨੁਸੂਚੀ ਅੱਠਵੀਂ ਅਨੁਸੂਚੀ ਤੇ ਨੌਵੀਂ ਅਨੁਸੂਚੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਅੱਠਵੀਂ ਅਨੁਸੂਚੀ ਅੱਠਵੀਂ ਅਨੁਸੂਚੀ ਵਿੱਚ ਆਪਣੀ ਜਿਹੜੀ ਵੀ ਲੈਂਗੁਏਜ ਨੇ ਟੋਟਲ 22 ਅਧਿਕਾਰਿਤ ਲੈਂਗੁਏਜ ਅਠਵੀਂ ਅਨੁਸੂਚੀ ਵਿੱਚ ਇਨਕਲੂਡ ਕੀਤੀ ਗਈ ਨੇ ਯਾਦ ਰੱਖੋ ਇਗਜ਼ਾਮ ਵਿੱਚ ਕਈ ਵਾਰ ਇਹ ਵੀ ਪੁੱਛਿਆ ਜਾਂਦਾ ਹੈ ਕਿ ਆਪਣੇ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਆਫੀਸ਼ੀਅਲੀ ਲੈਂਗੁਏਜ ਮਤਲਬ ਕਿ ਅਧਿਕਾਰਿਤ ਭਾਸ਼ਾਵਾਂ ਕਿੰਨੀਆਂ ਨੇ ਤਾਂ 22 ਨੇ ਇਸੇ ਵੱਤ ਕੁਐਸਚਨ ਨੰਬਰ 4 ਦੀ ਗੱਲ ਕਰੀਏ ਭਾਰਤ ਦੇ ਮੁੱਖ ਚੋਣ ਅਫਸਰ ਦਾ ਨਾਮ ਕੀ ਹੈ ਤਾਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਅਫਸਰ ਵੱਲੋਂ ਨਿਯੁਕਤ ਕੀਤਾ ਗਿਆ ਉਸ ਦਾ ਨਾਮ ਹੈ ਬੀ ਐਸ ਸੰਪਤ ਉਸਾ ਨਵਾਂ ਜਿਹੜਾ ਆਪਣਾ ਇਹ ਚੋਣ ਅਫਸਰ ਬਣਾਇਆ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ 3 ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ ਤਿਲंगाना ਭਾਰਤ ਦੀ ਕਿੰਨੀਵੀਂ ਸਟੇਟ ਹੈ ਸਾਡੇ ਸੰਵਿਧਾਨ ਵਿੱਚ ਪਹਿਲੇ ਹੀ ਪੇਜ ਤੇ ਆਪਣੀ ਸਟੇਟਾਂ ਦਾ ਨਾਮ ਲਿਖਿਆ ਹੋਇਆ ਹੈ ਨੰਬਰ ਵਾਈਜ਼ ਲਿਖਿਆ ਹੋਇਆ ਹੈ ਕਿ ਇਹ ਕਿਹੜੀ ਸਟੇਟ ਹੈ ਇਹ ਕਦੋਂ ਸਟੇਟ ਬਣੀ ਹੈ ਕਿੰਨੇ ਨੰਬਰ ਤੇ ਸਟੇਟ ਬਣੀ ਹੈ ਠੀਕ ਹੈ ਤਾਂ ਸੰਵਿਧਾਨ ਦੇ ਅਕੋਰਡਿੰਗ ਜਿਹੜੀ ਤਿਲंगाना ਹੈ ਉਹ 29ਵੀਂ ਸਟੇਟ ਆਪਣੀ ਕੁਐਸਚਨ ਨੰਬਰ 5 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ 2 29 ਜਿਹੜਾ ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਕਬੀਲੇ ਦਸ ਅੰਦਾਜੀ ਜੁਰਮ ਕੀ ਹੁੰਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ ਜਿੱਥੇ ਪੁਲਿਸ ਆਪਣੇ ਆਪ ਤਫਤੀਸ਼ ਕਰਦੀ ਹੈ ਉਸ ਨੂੰ ਕਬੀਲੇ ਦਸ ਅੰਦਾਜੀ ਜੁਰਮ ਕਿਹਾ ਜਾਂਦਾ ਹੈ ਕੁਐਸਚਨ ਨੰਬਰ 7 ਦੀ ਗੱਲ ਕਰੀਏ ਪੋਕਸੋ ਇੱਕ ਕ੍ਰਿਮੀਨਲ ਐਕਟ ਹੈ ਯਾਦ ਰੱਖੋ ਐਕਟਾਂ ਹਮਾਰੇ ਕਾਫੀ ਕੋਸ਼ਨ ਐਗਜ਼ਾਮ ਵਿੱਚ ਬਣਦੇ ਨੇ ਤਾਂ ਪੋਕਸੋ ਇੱਕ ਇਹ ਕ੍ਰਿਮੀਨਲ ਐਕਟ ਹੈ ਇਹ ਕਿਸ ਨਾਲ ਸੰਬੰਧਿਤ ਹੈ ਤਾਂ ਇਸ ਦਾ ਰਾਈਟ ਆਨਸਰ ਜਿਹੜਾ ਆਪਸ਼ਨ ਨੰਬਰ 2 ਬੱਚਿਆਂ ਦੇ ਖਿਲਾਫ ਸਰੀਰਕ ਸ਼ੋਸ਼ਣ ਨਾਲ ਜਿਹੜਾ ਕ੍ਰਿਮੀਨਲ ਐਕਟ ਪੈਦਾ ਹੁੰਦਾ ਉਸ ਨੂੰ ਪੋਕਸੋ ਦੇ ਨਾਮ ਨਾਲ ਆਪਾਂ ਜਾਣਦੇ ਆ। ਕੁਐਸਚਨ ਨੰਬਰ 8 ਦੀ ਗੱਲ ਕਰੀਏ ਪ੍ਰਕਾਸ਼ ਸਿੰਘ ਸੁਪਰੀਮ ਕੋਰਟ ਫੈਸਲਾ ਕਿਸ ਨਾਲ ਸੰਬੰਧਿਤ ਹੈ? ਜੇ ਤੁਹਾਨੂੰ ਪਤਾ ਹੈ ਤਾਂ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ ਗਰੋ ਦੋਸਤੋ। ਤਾਂ ਪ੍ਰਕਾਸ਼ ਸਿੰਘ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਾਦੇ ਵਸਤੂ ਦਿੱਤਾ ਸੀ ਪੁਲਿਸ ਮੁਕਾਬਲੇ ਦੇ ਰਿਗਾਰਡਿੰਗ ਇਹ ਫੈਸਲਾ ਲਿਆ ਗਿਆ ਸੀ। ਐਂਡ ਇਗਰ ਹੋਰ ਦੋਸਤੋ ਜੇ ਹਲੇ ਤੱਕ ਤੁਸੀਂ ਮੈਨੂੰ WhatsApp ਗਰੁੱਪ ਤੇ ਜਾਂ Telegram ਤੇ ਜੁਆਇਨ ਨਹੀਂ ਕੀਤਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਲਿੰਕ ਦੇ ਦਿੱਤਾ ਹੈ। ਉੱਥੇ ਜਾ ਕੇ WhatsApp ਗਰੁੱਪ ਵੀ ਜੁਆਇਨ ਕਰ ਲਓ Telegram ਵੀ ਜੁਆਇਨ ਕਰ ਲਓ ਜਿਸੇ ਤੁਹਾਨੂੰ ਕਾਫੀ ਇੰਪੋਰਟੈਂਟ ਇੰਪੋਰਟੈਂਟ ਅਪਡੇਟਸ ਮਿਲਦੀਆਂ ਰਹਿੰਦੀਆਂ ਨੇ ਕੁਐਸਚਨ ਨੰਬਰ 9 ਦੀ ਗੱਲ ਕਰੀਏ ਐਮਿਕਸ ਕਿਹੜੀ ਨੂੰ ਆਪਾਂ ਕਿਸ ਨਾਲ ਜੋੜ ਸਕਦੇ ਹਾਂ ਇਹਨਾਂ ਵਿੱਚੋਂ ਜਿਹੜੇ ਆਪਸ਼ਨ ਤੇ ਇਹਨਾਂ ਵਿੱਚੋਂ ਕਿਸ ਨਾਲ ਰਿਲੇਟ ਕਰਦਾ ਹੈ ਐਮਿਕਸ ਕਿਹੜੀ ਤਾਂ ਇਸ ਦਾ ਰਾਈਟ ਆਨਸਰ ਜਿਹੜਾ ਆਪਸ਼ਨ ਨੰਬਰ 4 ਅਦਾਲਤ ਦਾ ਮਿੱਤਰ ਇਸ ਨੂੰ ਕਿਹਾ ਜਾਂਦਾ ਹੈ ਐਮਿਕਸ ਕਿਹੜੀ ਨੂੰ ਇਸ ਤੋਂ ਬਾਅਦ ਕੁਐਸਚਨ ਨੰਬਰ 10 ਦੀ ਗੱਲ ਕਰੀਏ ਸ਼ਰਦਾ ਐਕਟ ਕਿਸ ਨਾਲ ਸੰਬੰਧਿਤ ਹੈ? ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ। ਇਹ ਐਗਜ਼ਾਮ ਵਿੱਚ ਬਹੁਤ ਵਾਰ ਪੁੱਛਿਆ ਗਿਆ ਹੈ। ਤਾਂ ਜਿਹੜਾ ਸ਼ਰਦਾ ਐਕਟ ਹੈ ਜਿਹੜਾ ਇਹ ਬਾਲ ਵਿਆਹ ਨਾਲ ਰਿਲੇਟਡ ਹੈ ਤਾਂ ਯਾਦ ਰੱਖਿਓ ਆਪਸ਼ਨ ਨੰਬਰ 1 ਸ਼ਰਦਾ ਐਕਟ ਜਿਹੜਾ ਰਿਲੇਟਡ ਹੋ ਬਾਲ ਵਿਆਹ ਨਾਲ ਹੈ। ਕੁਐਸਚਨ ਨੰਬਰ 11 ਦੀ ਗੱਲ ਕਰੀਏ ਜਦੋਂ ਕੋਈ ਕੰਪਿਊਟਰ ਮਾਹਿਰ ਦੂਸਰਿਆਂ ਦੇ ਕੰਪਿਊਟਰ ਤੋਂ ਅਣਅਧਿਕਾਰਿਤ ਤੌਰ ਤੇ ਜਾਣਕਾਰੀ ਲਈ ਜਾਂ ਉਸ ਨੂੰ ਨੁਕਸਾਨ ਪਹਹਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਦੋਸਤੋ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੋਵੇਗੀ। ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਜਦੋਂ ਆਪਾਂ ਕਿਸੇ ਦੀ ਮਰਜ਼ੀ ਤੋਂ ਬਿਨਾ ਕੰਪਿਊਟਰ ਵਿੱਚ ਕੋਈ ਚੀਜ਼ ਭੇਜ ਦਿੰਨੇ ਆ ਵਾਇਰਸ ਭੇਜ ਦਿੰਨੇ ਆ ਤੇ ਉਹਦਾ ਡਾਟਾ ਚੋਰਾ ਲੈਂਦੇ ਆ ਤਾਂ ਉਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ ਸਭ ਨੂੰ ਪਤਾ ਧਿਆਨ ਨਾਲ ਇਹ ਆਪਸ਼ਨ ਪੜੋ ਸਾਰਿਆਂ ਨੂੰ इजीली ਪਤਾ ਚੱਲ ਜਾਵੇਗਾ ਐਂਡ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ ਇਸ ਤੋਂ ਬਾਅਦ ਕੁਐਸਚਨ ਨੰਬਰ 12 ਦੀ ਗੱਲ ਕਰੀਏ ਫੇਸਬੁੱਕ ਦਾ ਸੰਸਥਾਪਕ ਕੌਣ ਹੈ ਕਾਫੀ ਫੇਮਸ ਆ ਫੇਸਬੁੱਕ ਕਾਫੀ ਬੱਚੇ ਯੂਜ਼ ਕਰਦੇ ਹੋਣੇ ਆਈ ਹੋਪ ਜਿੰਨੇ ਵੀ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਹੀ ਫੇਸਬੁੱਕ ਅਕਾਊਂਟ ਤੇ ਐਕਟਿਵ ਹੋਣੇ ਤਾਂ ਇਸ ਦਾ ਕੁਐਸਚਨ ਵੀ ਉਹਨਾਂ ਨੂੰ ਪਤਾ ਹੋਵੇਗਾ ਜੇ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਆਪਸ਼ਨ ਨੰਬਰ 4 ਮਾਰਕ ਜ਼ੁਕ ਵਰਗੇ ਜਿਹੜਾ ਫੇਸਬੁੱਕ ਦਾ ਸੰਸਥਾ ਫਾਊਂਡਰ ਹੈ ਸੰਸਥਾਪਕ ਹੈ ਇਸ ਨੂੰ ਆਪਾਂ ਕਹਿ ਸਕਦੇ ਹਾਂ ਇਸ ਤੋਂ ਬਾਅਦ ਕੁਐਸਚਨ ਨੰਬਰ 13 ਦੀ ਗੱਲ ਕਰੀਏ ਕਿਹੜਾ ኦਪਰੇਟਿੰਗ ਸਿਸਟਮ ਨਹੀਂ ਹੈ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਸਭ ਨੂੰ ਪਤਾ ਇਹ ਵੀ ਐਮ ਐਸ ਆਫਿਸ ਹੈ ਜਿਹੜਾ ਇਹ ਇੱਕ ਸੌਫਟਵੇਅਰ ਹੈ ਬਾਕੀ ਆਈਓਐਸ ਹੈ ਤੇ ਵਿੰਡੋਜ਼ ਹੈ ਤੇ ਲੀਨਕਸ ਹੈ ਇਹ ਸਾਰੇ ኦਪਰੇਟਿੰਗ ਸਿਸਟਮ ਨੇ ਤਾਂ ਕੁਐਸਚਨ ਨੰਬਰ 14 ਦੀ ਗੱਲ ਕਰੀਏ ਇਹ ਟੈਲੀਕਮ ਵਿੱਚੋਂ ਕਿਹੜਾ ਮੋਬਾਈਲ ਸੰਚਾਰ ਨਾਲ ਸੰਬੰਧਿਤ ਹੈ ਯਾਦ ਰੱਖਿਓ ਅਧਿਕੱਲੇ ਮੋਬਾਈਲ ਨਾਲ ਨਹੀਂ ਪੁੱਛਿਆ ਗਿਆ ਮੋਬਾਈਲ ਸੰਚਾਰ ਯਾਨੀ ਮੋਬਾਈਲ ਕਮਿਊਨੀਕੇਸ਼ਨ ਨਾਲ ਇਹ ਪੁੱਛਿਆ ਗਿਆ ਜਿਹੜੀ ਰੇਂਜ ਹੁੰਦੀ ਹੈ ਨਾ ਉਸ ਬਾਰੇ ਇਹ ਕੁਐਸਚਨ ਆਉਂਦਾ ਕਿ ਮੋਬਾਈਲ ਆਪਾਂ ਫੋਨ ਕਰਦੇ ਆਂ ਜਿਹੜੀ ਰੇਂਜ ਜਾਂਦੀ ਹੈ ਜਿਸ ਦੇ ਥਰੂ ਆਪਾਂ ਹੈਲੋ ਹੈ ਬੋਲਨੇ ਆ ਉਸ ਚੀਜ਼ ਬਾਰੇ ਪੁੱਛਿਆ ਗਿਆ ਨੈਟਵਰਕ ਬਾਰੇ ਪੁੱਛਿਆ ਗਿਆ ਤਾਂ ਗਲਤ ਨਾ ਕਰ ਦਿਓ ਆਈਐਮਆਈ ਨੰਬਰ ਹੈ ਜਿਹੜਾ ਇਹ ਮੋਬਾਈਲ ਵਾਸਤੇ ਹੈ ਮਤਲਬ ਮੋਬਾਈਲ ਦੇ ਅੰਦਰ ਦਾ ਪਾਰਟ ਨਾਲ ਰਿਲੇਟਡ ਹੈ ਤੇ ਇਸ ਦਾ ਰਾਈਟ ਆਨਸਰ ਜਿਹੜਾ ਹੋ ਜਾਵੇਗਾ ਉਹ ਸੀਵੀਬੀ ਨੰਬਰ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਕੁਐਸਚਨ ਨੰਬਰ 15 ਦੀ ਗੱਲ ਕਰੀਏ ਇੱਕ ਬਾਈਟ ਵਿੱਚ ਕਿੰਨੇ ਬਿਟ ਹੁੰਦੇ ਨੇ ਤਾਂ ਇੱਕ ਬਾਈਟ ਵਿੱਚ ਦੋਸਤੋ ਸਭ ਨੂੰ ਪਤਾ ਹੋਊਗਾ ਆਈ ਹੋਪ ਸਭ ਨੂੰ ਪਤਾ ਹੈ ਇੱਕ ਬਾਈਟ ਵਿੱਚ ਟੋਟਲ 8 ਬਿਟ ਹੁੰਦੇ ਨੇ ਕੁਐਸਚਨ ਨੰਬਰ 16 ਦੀ ਗੱਲ ਕਰੀਏ ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਕਿਰਿਆ ਚੰਦਰਮਾ ਦੇ ਧਰਾਤਲ ਤੇ ਆਪਾਂ ਜਾ ਕੇ ਨਹੀਂ ਦੇਖ ਸਕਦੇ ਤਾਂ ਇਸ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ 10 ਤਾਰਿਆਂ ਦਾ ਟਿਮਟਮਾਉਣਾ ਜਿਹੜਾ ਇਹ ਚੰਦਰਮਾ ਦੀ ਚੰਨ ਤੇ ਜਾ ਕੇ ਇਹ ਵਿజిਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਤਾਰੇ ਟਿਮਟਿ ਮਾਰੇ ਨਹੀਂ ਕਿਉਂਕਿ ਉੱਥੇ ਨੇੜੇ ਹੁੰਦੇ ਨੇ ਚੰਨ ਤੋਂ ਨੇੜੇ ਨੇ ਤਾਰੇ ਤਾਂ ਪ੍ਰੋਪਰ ਰੋਸ਼ਨੀ ਫੁੱਲ ਰੋਸ਼ਨੀ ਵਿੱਚ ਆਪਾਂ ਨੂੰ ਤਾਰੇ ਦਿਖਣਗੇ ਇਸ ਵਾਰ ਕੁਐਸਚਨ ਨੰਬਰ 17 ਦੀ ਗੱਲ ਕਰੀਏ ਇੱਕ ਪੁਲਾੜ ਯਾਤਰੀ ਆਕਾਸ਼ ਨੂੰ ਕਿਸ ਤਰ੍ਹਾਂ ਦੇਖਦਾ ਹੈ ਇੱਕ ਪੁਲਾੜ ਯਾਤਰੀ ਕਿਸ ਨੂੰ ਦੇ ਕਿਵੇਂ ਦੇਖਦਾ ਹੈ ਕਿਹਾ ਉਸ ਨੂੰ ਸਾਰਾ ਅਸਮਾਨ ਕਾਲਾ ਕਾਲਾ ਨਜ਼ਰ ਆਉਂਦਾ ਤਾਂ ਇਜ਼ ਦਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ 2 ਬਲੈਕ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਕੁਐਸਚਨ ਨੰਬਰ 18 ਦੀ ਗੱਲ ਕਰੀਏ ਕਾਫੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਹ ਯਾਦ ਰੱਖਿਓ ਮੋਮ ਕਿਸ ਨਾਲ ਸੰਬੰਧਿਤ ਹੈ অপਸ਼ਨ ਇੱਥੇ ਆਪਾਂ ਨੂੰ ਦਿੱਤੇ ਹੋਏ ਨੇ NASA ਨਾਲ ISRO ਨਾਲ ISRO ਦੇ ਚੰ드ਰਮਾ ਮਿਸ਼ਨ ਨਾਲ ਜਾਂ NASA ਦੇ ਮੰਗਲ ਮਿਸ਼ਨ ਨਾਲ ਤਾਂ ਇਜ਼ ਦਾ ਰਾਈਟ ਆਨਸਰ ਹੋਵੇਗਾ ISRO ਦਾ ਮੰਗਲ ਮਿਸ਼ਨ ਨਾਲ ਆਪਣੀ ਇੰਡੀਅਨ ਦੀ ਜਿਹੜੀ ਸਪੇਸ ਰਿਸਰਚ ਕੰਪਨੀ ਹੈ ਇਹ ਇਸ ਦਾ ਮੰਗਲ ਮਿਸ਼ਨ ਦਾ ਨਾਮ ਸੀ MOM ਤਾਂ ਕੁਐਸਚਨ ਨੰਬਰ 18 ਦਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਤੋਂ ਬਾਅਦ ਕੁਐਸਚਨ ਨੰਬਰ 19 ਦੀ ਗੱਲ ਕਰੀਏ ਐਸਟਰੋਇਡ ਵੈਲਟ ਕਿਹੜੇ ਦੋ ਗ੍ਰਹਿਾਂ ਵਿਚਕਾਰ ਹੁੰਦੀ ਹੈ ਐਸਟਰੋਇਡ ਹੁੰਦੇ ਜਿਹੜੇ ਉਲਕਾ ਪਿੰਡ ਨੂੰ ਆਪਾਂ ਐਸਟਰੋਇਡ ਕਹਿ ਦਿੰਨੇ ਆ ਇੰਗਲਿਸ਼ ਵਿੱਚ ਤਾਂ ਕਰਕੇ ਇਹ ਕਿਹੜੇ ਦੋ ਗ੍ਰਹਿਾਂ ਦੇ ਵਿਚਕਾਰ ਹੁੰਦੀ ਹੈ ਮੰਗਲ ਅਤੇ ਬ੍ਰਹਸਪਤੀ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਯਾਦ ਰੱਖਿਓ ਕੁਐਸਚਨ ਨੰਬਰ 19 ਦਾ ਜਿਹੜਾ ਐਸਟਰੋਇਡ ਵੈਲਟ ਕਿਹੜੇ ਦੋ ਗ੍ਰਹਿਾਂ ਦੇ ਵਿਚਕਾਰ ਹੁੰਦੀ ਹੈ ਇਹ ਜ਼ਿਆਦਾਤਰ ਮੰਗਲ ਅਤੇ ਬ੍ਰਹਸਪਤੀ ਗ੍ਰਹਿ ਦੇ ਵਿਚਕਾਰ ਹੁੰਦੀ ਹੈ ਐਂਡ ਕੁਐਸਚਨ ਨੰਬਰ 20 ਦੀ ਗੱਲ ਕਰੀਏ ਦੇਵੀ ਅੰਸ਼ਕ ਇਸ ਨੂੰ ਕਿਹਾ ਜਾਂਦਾ ਹੈ ਤਾਂ ਆਪਸ਼ਨ ਨੰਬਰ 1 ਹਿਕਸ ਬੋਸ ਦਾ ਨਾਮ ਦਾ ਇੱਕ ਸਟੋਨ ਹੁੰਦਾ ਜਿਸ ਨੂੰ ਦੇਵੀ ਅੰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੁਐਸਚਨ ਨੰਬਰ 21 ਦੀ ਗੱਲ ਕਰੀਏ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲਾ ਕੌਣ ਹੈ ਕਾਫੀ ਇੰਪੋਰਟੈਂਟ ਪੁਆਇੰਟ ਹੈ ਇਹ ਵੀ ਯਾਦ ਰੱਖਿਓ ਭੌਤਿਕ ਵਿਗਿਆਨ ਵਿੱਚ ਜਿਸ ਨੇ ਨੋਬਲ ਪੁਰਸਕਾਰ ਦਿੱਤਾ ਉਹ ਕੌਣ ਆਪਣਾ ਇੱਕ ਇੰਡੀਅਨ ਹੈ ਇਸ ਦਾ ਨਾਮ ਸੀਵੀ ਰਮਣ ਹੈ ਇਹ ਕਦੋਂ ਜਿੱਤੇ ਦੋਸਤੋ 2021 ਦਾ ਇਹ ਪੁਰਸਕਾਰ ਇਹਨਾਂ ਨੇ ਨੋਬਲ ਪੁਰਸਕਾਰ ਮਿਲਿਆ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ 22 ਦੀ ਗੱਲ ਕਰੀਏ ਗਰਮ ਹਵਾ ਦੀ ਤੁਲਨਾ ਵਿੱਚ ਠੰਡੀ ਹਵਾ ਕੀ ਹੋ ਸਕਦੀ ਹੈ ਘੱਟ ਪਾਣੀ ਵਾਸ਼ਪ ਰੱਖਦੀ ਹੈ ਮਤਲਬ ਕਿ ਗਰਮ ਹਵਾ ਵਿੱਚ ਜ਼ਿਆਦਾ ਪਾਣੀ ਦੇ ਵਾਸ਼ਪ ਮੌਜੂਦ ਹੁੰਦੇ ਨੇ ਠੰਡੀ ਹਵਾ ਦੇ ਹਵਾ ਵਿੱਚ ਘੱਟ ਪਾਣੀ ਦੇ ਵਾਸ਼ਪ ਮੌਜੂਦ ਹੁੰਦੇ ਨੇ ਯਾਦ ਰੱਖਿਓ ਵੀ ਪੁੱਛਿਆ ਜਾ ਸਕਦਾ ਐਗਜ਼ਾਮ ਵਿੱਚ ਕੁਐਸਚਨ ਕਵੈਸਚਨ ਨੰਬਰ 23 ਦੀ ਗੱਲ ਕਰੀਏ ਭਾਰਤ ਦੀ ਆਜ਼ਾਦੀ ਦੇ ਸੰਗਾਰਸ਼ ਵਿੱਚ ਕਿਹੜਾ ਰਸਾਇਣਿਕ ਮਹੱਤਵਪੂਰਨ ਰਿਹਾ ਤਾਂ ਸੋਡੀਅਮ ਕਲੋਰਾਇਡ ਸਭ ਤੋਂ ਜ਼ਿਆਦਾ ਇੰਪੋਰਟੈਂਸ ਰੱਖਦਾ ਐਂਡ ਨੈਕਸਟ ਕਵੈਸਚਨ ਦੀ ਗੱਲ ਕਰੀਏ ਹੇਠ ਲਿਖਿਆ ਰਸਾਇਣਾਂ ਵਿੱਚੋਂ ਕਿਹੜਾ ਬਿਊਟੀ ਪਾਰਲਰ ਵਿੱਚ ਸਵਰਣ ਲਈ ਵਰਤਿਆ ਜਾਂਦਾ ਹੈ ਮਤਲਬ ਕਿ ਬਿਊਟੀ ਪਾਰਲਰ ਵਿੱਚ ਜਦ ਕ੍ਰੀਮ ਵਰਤਿਆ ਜਾਂਦਾ ਹੈ ਤਾਂ ਯਾਦ ਰੱਖਿਓ ਸਲਫਰ ਆਧਾਰਿਤ ਕ੍ਰੀਮਾਂ ਹੁੰਦੀਆਂ ਨੇ ਮੋਸਟਲੀ ਕ੍ਰੀਮਾਂ ਵਿੱਚ ਜਾਂ ਪਾਊਡਰਾਂ ਵਿੱਚ ਸਲਫਰ ਇਨਕਲੂਡ ਹੁੰਦਾ ਤਾਂ ਕਰਕੇ ਬਿਊਟੀ ਪਾਰਲਰ ਦਾ ਨਾਮ ਦਿੱਥੇ ਆਗਾ ਤੁਸੀਂ ਸਲਫਰ ਯਾਦ ਰੱਖਿਓ ਐਂਡ ਨੈਕਸਟ ਕੁਐਸਚਨ ਦੀ ਗੱਲ ਕਰੀਏ ਪੈਰੀਸਕੋਪ ਕਿਸ ਲਈ ਵਰਤੇ ਜਾਂਦਾ ਹੈ ਤਾਂ ਪੈਰੀਸਕੋਪ ਪਾਣੀ ਵਿੱਚ ਚੀਜ਼ਾਂ ਦੇਖਣ ਲਈ ਜਿਹੜੀ ਯੂਜ਼ ਹੁੰਦੀ ਹੈ ਤਾਂ ਪੰਡੂਬੀ ਵਿੱਚ ਪਾਣੀ ਦੇ ਸਤਰ ਤੋਂ ਉੱਪਰ ਦੇਖਣ ਵਾਸਤੇ ਇੱਕ ਗਰਦਨ ਜੀ ਕੱਢ ਕੇ ਨਾ ਕੈਮਰਾ ਹੁੰਦਾ ਇਹ ਸਪੈਰੀਸਕੋਪ ਤੇ ਜਿਹੜੀ ਆਪਣੇ ਪੰਡੂਬੀਆਂ ਹੁੰਦੀਆਂ ਨੇ ਸਮੁੰਦਰੀ ਜਹਾਜ਼ ਹੁੰਦੇ ਨੇ ਉਹਨਾਂ ਦੇ ਉੱਪਰੋਂ ਥੋੜਾ ਜਿਹਾ ਨਿਕਲਦਾ ਤੇ ਆਸ-ਪਾਸ ਦਾ ਏਰੀਆ ਇਹ ਚੈੱਕ ਕਰ ਲਿੰਦਾ ਹੈ ਨੰਬਰ 26 ਦੀ ਗੱਲ ਕਰੀਏ ਸੰਘ ਸਰਕਾਰ ਕੋਲ ਟੈਕਸ ਤੋ ਹੋਣ ਵਾਲੀ ਆਮਦਨ ਦਾ ਸਭ ਤੋਂ ਮਹੱਤਵਪੂਰਨ ਸੋਰਸ ਕੀ ਹੈ ਤਾਂ ਆਪਸ਼ਨ ਨੰਬਰ 3 ਸੰਗ ਅਵਾਕਾਰੀ ਡਿਊਟੀ ਤੋਂ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਪ੍ਰਾਪਤ ਹੁੰਦਾ ਸਰਕਾਰਾਂ ਨੂੰ ਇਸ ਤੋਂ ਬਾਅਦ ਕੁਐਸਚਨ ਨੰਬਰ 27 ਦੀ ਗੱਲ ਕਰੀਏ ਬਸਤੀਬਾਦ ਦੇ ਸਮੇਂ ਵਿਦੇਸ਼ੀ ਪੂੰਜੀ ਮੁੱਖ ਤੌਰ ਤੇ ਕਿਸ ਖੇਤਰ ਵਿੱਚ ਲਗਾਈ ਜਾਂਦੀ ਹੈ ਤਾਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਬਸਤੀਬਾਦ ਦੇ ਸਮੇਂ ਵਿੱਚ ਵਿਦੇਸ਼ੀ ਪੂੰਜੀ ਜਿਹੜੀ ਆਪਣੇ ਭਾਰਤ ਵਿੱਚ ਆਉਂਦੀ ਹੈ ਉਹ ਬੁਨਿਆਦੀ ਢਾਂਚੇ ਨੂੰ ਮੌਜੂਦ ਮਜ਼ਬੂਤ ਕਰਨ ਵਾਸਤੇ ਇਸ ਖੇਤਰ ਵਿੱਚ ਲਗਾਈ ਜਾਂਦੀ ਹੈ অপਸ਼ਨ ਨੰਬਰ 27 ਦਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ 1 ਬੁਨਿਆਦੀ ਟਾਂਟਾ ਕੁਐਸਚਨ ਨੰਬਰ 28 ਦੀ ਗੱਲ ਕਰੀਏ ਮੌਜੂਦਾ ਸਰਕਾਰ ਵੱਲੋਂ ਕਿਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਤਾਂ অপਸ਼ਨ ਨੰਬਰ 2 ਯਮਨਾ ਐਕਸ਼ਨ ਪਲਾਨ ਲਾਗੂ ਨਹੀਂ ਕੀਤਾ ਜਾ ਸਕਦਾ ਇਸ ਨੂੰ ਸਟੇਟ ਸਟੇਟ ਸਰਕਾਰ ਹੀ ਲਾਗੂ ਕਰ ਸਕਦੇ ਆ ਇਸ ਤੋਂ ਬਾਅਦ ਕੁਐਸਚਨ ਨੰਬਰ 29 ਦੀ ਗੱਲ ਕਰੀਏ ਖੇਤੀਬਾੜੀ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਉੱਪਰ ਟੈਕਸ ਨਹੀਂ ਲੱਗਦਾ ਇਸ ਦਾ ਰਾਈਟ ਆਨਸਰ ਹੋਵੇਗਾ ਐਕਸ ਨਹੀਂ ਲੱਗਦਾ ਆਪਸ਼ਨ ਉਹ ਕੁਐਸਚਨ ਨੰਬਰ 29 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਕੁਐਸਚਨ ਨੰਬਰ 30 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜੀ ਜਨਤਨ ਯੋਜਨਾ ਬਾਰੇ ਸਹੀ ਨਹੀਂ ਹੈ ਆਪਸ਼ਨ ਨੂੰ ਧਿਆਨ ਨਾਲ ਪੜੋ ਮੈਂ ਤਾਂ ਪੜਿਆ ਹੋਇਆ ਤਾਂ ਕਰਕੇ ਮੈਂ ਕਹਿਦੀ ਨਾ ਹਰ ਘਰ ਵਿੱਚ ਮੁਫਤ ਰਸਨ ਇਹ ਜਨਤਨ ਯੋਜਨਾ ਨਾਲ ਰਿਲੇਟਡ ਨਹੀਂ ਹੈ ਬਾਕੀ ਤਿੰਨੇ ਜਿਹੜੇ ਆਪਸ਼ਨ ਨੇ ਇਹ ਜਨਤਨ ਯੋਜਨਾ ਨਾਲ ਰਿਲੇਟਡ ਨੇ ਇਸਵਾਲ ਕੁਐਸਚਨ ਨੰਬਰ 31 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਵੱਡਾ ਗੋਲਾ ਹੈ ਮਤਲਬ ਸਰਕਲ ਹੈ ਤਾਂ ਭੂਮਤ ਰੇਖਾ ਹੈ ਜਿਹੜਾ ਇਹ ਸਭ ਤੋਂ ਵੱਡਾ ਇਕੁਏਟਰ ਹੈ ਜਾਂ ਸਰਕਲ ਇਸ ਨੂੰ ਕਿਹਾ ਜਾਂਦਾ ਇਸ ਤੋਂ ਬਾਅਦ ਕੁਐਸਚਨ ਨੰਬਰ 23 ਦੀ ਗੱਲ ਕਰੀ ਹੀਰਾਕੁੰਡ ਡੈਮ ਕਿੱਥੇ ਆ ਕਾਫੀ ਇੰਪੋਰਟੈਂਟ ਹੈ ਦੋਸਤੋ ਡੈਮਸ ਬਾਰੇ ਮੈਂ ਆਲਰੇਡੀ ਇੱਕ ਪ੍ਰੋਪਰ ਕਲਾਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਉਹ ਵਿਜ਼ਿਟ ਕਰ ਲਿਓ ਸਾਰੇ ਹੀ ਡੈਮ ਇਨਕਲੂਡ ਨੇ ਜਿਹੜੇ ਵੀ ਐਗਜ਼ਾਮ ਦੇ ਪੁਆਇੰਟ ਆਫ਼ 뷰 ਨਾਲ ਇੰਪੋਰਟੈਂਟ ਨੇ ਤਾਂ ਹੀਰਾਕੁੰਡਾ ਡੈਮ ਕਿਸ ਨਦੀ ਤੇ ਸਥਿਤ ਹੈ ਇਹ ਮahanadi ਤੇ ਸਥਿਤ ਹੈ ਆਪਸ਼ਨ ਨੰਬਰ 4 ਇਸ ਦਾ ਰਾਈਟ ਆਂਸਰ ਹੋ ਜਾਵੇਗਾ ਇਸ ਵਾਰ ਕੁਐਸਚਨ ਨੰਬਰ 33 ਦੀ ਗੱਲ ਕਰੀਏ ਭਾਰਤ ਦੀ ਸਭ ਤੋਂ ਪੁਰਾਣੀ ਪਰਬਤਾਰਕ ਕਿਹੜੀ ਹੈ ਤਾਂ ਅਰਾਵਲੀ ਹੈ ਜਿਹੜਾ ਸਭ ਤੋਂ ਪੁਰਾਣੇ ਪਹਾੜ ਜਾਂ ਪ੍ਰਾਚਨ ਪਰਬਤ ਇਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਆਪਸ਼ਨ ਨੰਬਰ 1 ਕੁਐਸਚਨ ਨੰਬਰ 33 ਦਾ ਜਿਹੜਾ ਰਾਈਟ ਆਨਸਰ ਹੈ ਕੁਐਸਚਨ ਨੰਬਰ 34 ਦੀ ਗੱਲ ਕਰੀਏ ਜਦੋਂ ਭਾਰਤ ਵਿੱਚ IST ਦੁਪਹਿਰ ਹੁੰਦੀ ਹੈ ਮਤਲਬ ਕਿ ਇੰਡੀਅਨ ਸਟੈਂਡਰਡ ਟਾਈਮ ਦੌਰਾਨ ਦੁਪਹਿਰ ਹੁੰਦੀ ਹੈ ਉਸ ਸਮੇਂ ਗ੍ਰੀਨਵਿਚ ਲੰਡਨ ਦਾ ਕੀ ਸਮਾਂ ਹੁੰਦਾ ਹੈ ਟਾਈਮ ਵਿੱਚ ਕੀ ਹੁੰਦੀ ਹੈ 6:30 ਹੋ ਜਾਂਦੇ ਨੇ ਮਤਲਬ ਕਿ ਲਗਭਗ ਜਿਹੜਾ ਆਪਣਾ ਇੰਡੀਅਨ ਸਟੈਂਡਰਡ ਟਾਈਮ ਹੈ ਇਹ ਗ੍ਰੀਨਵਿਚ ਟਾਈਮ ਤੋਂ 6.5 ਘੰਟਿਆਂ ਨੇ 5.5 ਤੋਂ ਲੈ ਕੇ 6 ਘੰਟੇ ਤੱਕ ਡਿਫਰੈਂਸ ਹੈ ਜੇ ਇੱਥੇ ਦਿਨ ਹੈ ਤਾਂ ਉੱਥੇ ਰਾਤ ਹੋਵੇਗੀ ਓਕੇ ਦੋਸਤੋ ਅਗਲਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਪੱਛਮੀ ਆਸਤੀਆਂ ਕਿਸ ਨਾਲ ਸੰਬੰਧਿਤ ਹੈ ਤਾਂ ਸਰਦੀ ਦੌਰਾਨ ਬਾਰਿਸ਼ ਨੂੰ ਪੱਛਮੀ ਆਸਤੀਆਂ ਨਾਲ ਸੰਬੰਧ ਕੀਤਾ ਗਿਆ ਹੈ ਇਸੇ ਵੱਲ ਕੁਐਸਚਨ ਨੰਬਰ 36 ਦੀ ਗੱਲ ਕਰੀਏ ਕਿਹੜਾ ਆਈਲੈਂਡ ਟਾਪੂ ਕੋਰਲ ਟਾਪੂ ਕੋਰਲ ਲੀਫ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਤੇ ਕਿਹੜਾ ਟਾਪੂ ਕੋਲਡ ਟਾਪੂ ਦਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਜਿਹੜਾ ਭਾਰਤ ਵਿੱਚ ਲਕਸ਼ਦੀਪ ਟਾਪੂ ਹੈ ਇਸ ਨੂੰ ਕੋਰਲ ਟਾਪੂ ਵੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 38 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਸਹੀ ਮਿਲਾਨ ਨਹੀਂ ਹੈ ਦੇਖੋ ਰਵੀ ਸ਼ੰਕਰ ਹੈ ਜੋ ਇਹ ਸਿਤਾਰਵਾਦਕ ਨੇ ਤੇ ਆਰਕੇ ਨਾਰਾਇਣ ਹੈ ਜੋ ਇਹ ਲੇਖਕ ਹੈ ਕੈਫ ਆਜ਼ਮੀ ਹੈ ਜੋ ਇਹ ਕਵੀ ਹੈ ਐਮ ਐਫ ਹੁਸੈਨ ਤਬਲਾ ਮਾਸਟਰ ਨਹੀਂ ਹੈ ਇਹ ਪੇਂਟਰ ਹੈ ਕਾਫੀ ਵਧੀਆ ਪੇਂਟਿੰਗ ਤੇ ਕਾਫੀ ਮਹਿੰਗੀਆਂ ਪੇਂਟਿੰਗਸ ਇਹ ਕ੍ਰੀਏਟ ਕਰਦਾ ਹੈ ਤਾਂ ਕੁਐਸਚਨ ਨੰਬਰ 38 ਦਾ ਜਿਹੜਾ ਰਾਈਟ ਆਨਸਰ ਹੋਇਆ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਨੰਬਰ 39 ਦੀ ਗੱਲ ਕਰੀਏ ਮਧੂਵਾਨੀ ਲੋਕ ਚਿੱਤਰਕਲਾ ਭਾਰਤ ਦੇ ਕਿਸ ਰਾਜ ਨਾਲ ਸੰਬੰਧਿਤ ਹੈ ਦੋਸਤੋ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨਸ ਨੇ ਤੇ ਲੋਕ ਗੀਤ ਤੇ ਲੋਕ ਜਿਹੜੀ ਰਸਮਾਂ ਹੁੰਦੀਆਂ ਨੇ ਇਹਨਾਂ ਰਿਲੇਟਡ ਮੈਂ ਪ੍ਰੋਪਰ ਕਲਾਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਵਿਜ਼ਿਟ ਕਰ ਲਿਓ ਆਲ ਹੀ ਆਪਣੀ ਇੰਡੀਆ ਦੇ ਸਾਰੇ ਲੋਕ ਨਾਚ ਤੇ ਲੋਕ ਗੀਤ ਉਸ ਵੀਡੀਓ ਵਿੱਚ ਇਨਕਲੂਡ ਨੇ ਚੈਨਲ ਦੇ ਸਰਚ ਮਾਰੋ ਲੋਕ ਗੀਤ ਜਾਂ ਲੋਕ ਨਾਚ ਲਿਖ ਕੇ ਬਾਈ ਮਨੂ ਮਾਡਲ ਲਿਖ ਕੇ ਸਰਚ ਮਾਰੋਗੇ ਤਾਂ ਇਸ ਲਈ ਤੁਹਾਨੂੰ ਕਲਾਸ ਮਿਲ ਜਾਵੇਗੀ ਤਾਂ ਮਧੂਵਾਨ ਲੋਕ ਚਿੱਤਰਕਲਾ ਕਿਹੜੇ ਰਾਜ ਨਾਲ ਸੰਬੰਧਿਤ ਹੈ অপਸ਼ਨ ਨੰਬਰ 1 ਬਿਹਾਰ ਨਾਲ ਇਹ ਸੰਬੰਧਿਤ ਹੈ ਇਸ ਵਾਰ ਕੁਐਸਚਨ ਨੰਬਰ 40 ਦੀ ਗੱਲ ਕਰੀਏ ਅਜੰਤਾ ਦੀਆਂ ਗੁਫਾਵਾਂ ਦੀ ਚਿੱਤਰਕਾਰੀ ਅਤੇ ਬੁੱਧ ਤਰਾਸੀ ਕਿਸ ਨਾਲ ਸੰਬੰਧਿਤ ਹੈ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਜੱਤ ਕਹਾਣੀਆਂ ਨਾਲ ਸੰਬੰਧਿਤ ਹੈ ਜਿਹੜੀ ਅਜੰਤਕ ਅਜੰਤਾ ਗੁਫਾਵਾਂ ਦੇ ਚਿੱਤਰਕਾਰੀ ਉਹ ਜੱਤ ਕਹਾਣੀਆਂ ਨਾਲ ਸੰਬੰਧਿਤ ਹੈ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੋ ਜਾਵੇਗਾ